ਵਾਹਿਗੁਰੂ ਜੀ ਹਰ ਹਰ ਜੰਦੂਈ ਏਕ ਹੈ ਬਿਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਕੈ ਸਮਾਹੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨਣ ਕੋ ਨਾਦ ਨਾਹੀ ਜੀਭ ਕੋ ਸਵਾਦ ਨਹੀਂ ਵਾਚਨ ਕੋ ਬਾਦ ਨਾਹੀ ਜਗਤ ਮੋਹ ਜੋ ਕਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਅਤੇ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਸਮੂਹ ਗੁਰੂ ਕੇ ਪਿਆਰੇ ਵੱਡੇ ਭਾਗਾਂ ਵਾਲੇ ਹੋ ਕਿ ਅਧਿਆਤਮ ਪ੍ਰਕਾਸ਼ ਇਹ ਪਾਵਨ ਗ੍ਰੰਥ ਇਹਦੀ ਵਿਚਾਰ ਨਿਤਾਂ ਪ੍ਰਤੀ ਸਰਵਣ ਕਰਦੇ ਹੋ। ਅੱਜ ਜੋ ਬ੍ਰਹਮ ਪਰਮਾਤਮਾ ਸਰੂਪ ਹੈ ਉਹ ਦੱਸ ਰਹੇ ਹਨ ਕਿਸੇ ਇੰਦਰੀ ਦਾ ਵਿਸ਼ਾ ਨਹੀਂ, ਅਵਿਸ਼ਾ ਹੈ, ਅਗੋਚਰ ਹੈ। ਅਤੇ ਕਿਵੇਂ ਵਿਸ਼ਾ ਨਹੀਂ, ਆਓ ਸਰਵਣ ਕਰੀਏ ਜੀ। ਵਾਹਿਗੁਰੂ ਕਵਿਤ ਕਾਨਣ ਕੋ ਨਾਦ ਨਾਹੀ ਜੀਭ ਕੋ ਸਵਾਦ ਨਹੀਂ। ਕਾਨਣ ਕਹਿੰਦੇ ਕੰਨਾਂ ਦਾ, ਕੰਨਾਂ ਦੁਆਰਾ ਅਸੀਂ ਰੱਬ ਨੂੰ ਸੁਣਨਾ ਚਾਹੁੰਦੇ ਹਾਂ, ਪਰ ਉਹ ਬ੍ਰਹਮ ਕੰਨਾਂ ਦਾ ਸ਼ਬਦ ਨਹੀਂ, ਕੰਨਾਂ ਦਾ ਵਿਸ਼ਾ ਨਹੀਂ। ਕਾਨਣ ਕੋ ਨਾਦ ਨਹੀਂ, ਕੰਨਾਂ ਦਾ ਨਾਦ ਕਦੇ ਸ਼ਬਦ ਨਹੀਂ। ਜੀਭ ਕੋ ਸਵਾਦ ਨਹੀਂ, ਜੀਭ ਨਾਲ ਅਸੀਂ ਦੁਨੀਆ ਰਸ ਸਕਦੇ ਹਾਂ, ਖੱਟਾ ਮਿੱਠਾ ਛੇ ਤਰ੍ਹਾਂ ਦੇ ਰਸ ਸਕਦੇ ਹਾਂ, ਰੱਬ ਨੂੰ ਕਿਵੇਂ ਛਕਾਂਗੇ ਜੀਭ ਰਾਹੀਂ। ਬਚਨ ਕੋ ਨਾਦ ਬਾਦ ਨਹੀਂ, ਬਚਨ ਕਹਿੰਦੇ ਬੋਲਣਾ, ਠੀਕ ਹੈ ਨਾ, ਗੱਲਾਂ ਬਾਤਾਂ ਕਰਨੀਆਂ। ਕਿ ਬਾਣੀ ਦਾ ਵਾਹਿਗੁਰੂ ਵਿਸ਼ਾ ਨਹੀਂ, ਅਸੀਂ ਬਾਣੀ ਰਾਹੀਂ ਉਹਨੂੰ ਕਥਨ ਨਹੀਂ ਕਰ ਸਕਦੇ, ਉਹ ਅਗੱਥ ਹੈ, ਠੀਕ ਹੈ ਜੀ। ਜਗਤ ਮੋਹ ਜੋ ਕਹੇ, ਉਹ ਜਗਤ 'ਚ ਆਖਿਆ ਜਾਂਦਾ ਪਰਮਾਤਮਾ ਇਸ ਤਰ੍ਹਾਂ ਦਾ ਯੁਕਤੀਆਂ ਨਾਲ, ਔਰ ਕਿਵੇਂ ਬਿਆਨ ਕਰਾਂਗੇ, ਉਹ ਵਾਹਿਗੁਰੂ ਯੁਕਤੀਆਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਅੱਖ ਦਿਖਾਓ ਨਹੀਂ, ਨਾ ਕੋ ਸੁੰਘਾਓ ਨਹੀਂ। ਅੱਖ ਦਾ ਦਿਖਾਓ ਨਹੀਂ, ਆਂਖ ਅੱਖਾਂ ਉਹਨੂੰ ਵੇਖ ਨਹੀਂ ਸਕਦੀਆਂ। ਬਾਣੀ ਦਾ ਵਚਨ ਹੈ ਨਾ, ਸੇ ਅੱਖੜੀਆਂ ਬਿਆਨ ਜਿਹੜੀਆਂ ਡਿਸੰਦੋ ਮਾਂ ਪੇਰੀ, ਉਹ ਅੱਖਾਂ ਹੋਰ ਹਨ ਜਿਨ੍ਹਾਂ ਨੇ ਆਪਣੇ ਪਤੀ ਪਰਮਾਤਮਾ ਮਾਂ ਪਿਓ ਨੂੰ ਵੇਖਣਾ ਹੈ। ਆਂਖ ਕੋ ਦਿਖਾਓ ਨਹੀਂ, ਉਹਨੂੰ ਅੱਖ ਵੇਖ ਨਹੀਂ ਸਕਦੀ। ਨੱਕ ਕੋ ਸੁੰਘਾਓ ਨਹੀਂ, ਨੱਕ ਉਹਨੂੰ ਸੁੰਘ ਨਹੀਂ ਸਕਦਾ। ਕਿ ਰੱਬ ਤਾਂ ਅਸੁੰਘ ਹੈ ਨਾ, ਉਹਨੂੰ ਕਿਵੇਂ ਸੁੰਘ ਲਵੇਗਾ ਭਾਈ। ਨੱਕ ਸੁੰਘਦੇ ਹਨ ਸਮੈਲ ਨੂੰ, ਚੰਗੀ ਜਾਂ ਬੁਰੀ ਨੂੰ, ਪਰ ਵਾਹਿਗੁਰੂ ਨੱਕ ਦਾ ਵੀ ਵਿਸ਼ਾ ਨਹੀਂ ਹੈ। ਚਲੋ ਜੀ, ਘਰ ਕੋ ਗਹਾਓ ਨਹੀਂ, ਪਾਇਆ ਕੀ ਨਾ ਰੋਕ। ਘਰ ਕਹਿੰਦੇ ਹੱਥ, ਹੱਥ ਨਾਲ ਵਾਹਿਗੁਰੂ ਪਕੜਿਆ ਨਹੀਂ ਜਾਂਦਾ। ਗਾਹੋ ਕਹਿੰਦੇ ਪਕੜਿਆ, ਗਹਿਣ ਕਰਨਾ ਪਕੜਿਆ ਜਾਂਦਾ। ਪਾਮ ਕੀ ਨਾ ਰੋਕ ਹੈ, ਕਿ ਭਾਈ ਰੱਬ ਨਾਲ ਰੱਬ ਕੋਲ ਜਾਣਾ ਸੀ, ਇਹ ਸਾਡੇ ਪੈਰ ਉੱਥੇ ਨਹੀਂ ਪਹੁੰਚ ਸਕਦੇ, ਕਹਿੰਦਾ ਇਹ ਪੈਰ ਸਾਡੇ ਉੱਥੇ ਉਸ ਬ੍ਰਹਮ ਦਾ ਵਿਸ਼ਾ ਨਹੀਂ ਹੈ। ਮਨ ਕਰ ਗਿਆਨ ਨਾਹੀਂ, ਬੁੱਧ ਅਨੁਮਾਨ ਨਾਹੀਂ। ਅਤੇ ਕਹਿ ਲਓ ਮਨ ਗਿਆਨ ਰਾਹੀਂ ਚਾਹੁੰਦਾ ਕਿ ਰੱਬ ਨਾਲ ਮੈਂ ਮਿਲ ਜਾਵਾਂ, ਪਕੜ ਜਾਵਾਂ, ਰੱਬ ਕੋਲ ਪਹੁੰਚ ਜਾਵਾਂ, ਉਹ ਨਹੀਂ, ਉਹ ਤਾਂ ਅਗੰਮ ਹੈ ਭਾਈ। ਉਹ ਮਨ ਬਾਣੀ ਦਾ ਵਿਸ਼ਾ ਵੀ ਨਹੀਂ, ਉਹ ਮਨ ਕਰਕੇ ਕਹਿ ਲਓ ਰੱਬ ਤੱਕ ਅਸੀਂ ਨਹੀਂ ਪਹੁੰਚ ਸਕਦੇ ਕਿ ਮੈਨੂੰ ਗਿਆਨ ਮਿਲ ਜਾਵੇ ਕਿ ਰੱਬ ਤੱਕ ਮੈਂ ਪਹੁੰਚ ਜਾਵਾਂ। ਨਹੀਂ ਭਾਈ, ਬੁੱਧੀ ਦਾ ਅਨੁਮਾਨ ਵੀ ਨਹੀਂ। ਬੁੱਧੀ ਅਨੁਮਾਨ ਲਗਾਉਂਦੀ, ਨਾਜਾ ਨਿਰਣਾ ਕਰਦੀ ਹੈ। ਵਾਹਿਗੁਰੂ ਬਾਰੇ ਕਿੰਨਾ ਕੋਈ ਨਿਰਣਾ ਕਰੇਗਾ, ਪਰਮਾਤਮਾ ਬਾਰੇ, ਬ੍ਰਹਮ ਬਾਰੇ ਉਹ ਨਿਰਣਾ ਵੀ ਨਹੀਂ ਕਰ ਸਕਦਾ। ਦੂਸਰੋ ਪ੍ਰਮਾਣ ਜਾਣ ਪ੍ਰਗਟ ਐਸੋ ਕੋ ਨਾ ਕਹੈ। ਅਤੇ ਬੰਦਾ ਇਸ ਤਰ੍ਹਾਂ ਕੋਈ ਵੀ ਕੋਈ ਪ੍ਰਮਾਣ ਕਰਕੇ ਬੰਦਾ ਔਰ ਦੂਜਾ ਪ੍ਰਮਾਣ ਜਾਣ ਕੇ ਪ੍ਰਗਟ ਹੈ, ਇਸ ਤਰ੍ਹਾਂ ਕੌਣ ਕਵੇਗਾ। ਭਾਵ ਕਿਸੇ ਪ੍ਰਮਾਣ ਦਾ ਵਾਹਿਗੁਰੂ ਵਿਸ਼ਾ ਨਹੀਂ ਹੈ। ਅਸਤ ਪਰ ਪੰਚ ਕੈਸੇ ਸਤ ਪਹਿਚਾਨੇ। ਜਿਹੜਾ ਪਰਮਾਤਮਾ ਅਸਤ ਹੈ, ਪ੍ਰਪੰਚ ਅਸਤ, ਪ੍ਰਪੰਚ ਦੁਨੀਆ ਝੂਠ ਹੈ, ਅਤੇ ਕਿਸ ਤਰ੍ਹਾਂ ਸਤ ਪਰਮਾਤਮਾ ਕੋ ਜਾਣੇ। ਦੁਨੀਆ ਜਾ ਅਸੀਂ ਸਾਰੇ ਝੂਠ ਹਾਂ, ਅੱਖਾਂ ਝੂਠ, ਕੰਨ ਝੂਠ, ਇਹ ਭਾਈ ਸਰੀਰ ਝੂਠ, ਦੁਨੀਆ ਅਸਤ ਹੈ, ਝੂਠ ਹੈ, ਅਤੇ ਸੱਤ ਪਰਮਾਤਮਾ ਨੂੰ ਕਿਵੇਂ ਜਾਣਾਂਗੇ। ਆਪੇ ਆਪੇ ਸੁੱਖ ਜਾਣੇ, ਦੂਜੋ ਮਾਨੇ ਬਿਨ ਕੋ ਕਹੈ। ਭਾਈ ਆਪਣੇ ਆਪ ਜੇ ਵਾਹਿਗੁਰੂ ਕਿਰਪਾ ਕਰੇ ਤਾਂ ਜਾਣ ਜਾ ਸਕਦਾ, ਵੈਸੇ ਨਹੀਂ। ਜੇ ਵਾਹਿਗੁਰੂ ਆਪ ਕਿਰਪਾ ਕਰੇ, ਆਪ ਪਰਮਾਤਮਾ ਸੁੱਖ ਸਰੂਪ ਆਪਣੇ ਸਰੂਪ ਨੂੰ ਆਪ ਜਾਣਦਾ ਹੈ, ਦੂਜਾ ਜੋ ਪ੍ਰਬੰਧ ਹੈ ਉਹਦੇ ਮੰਨੇ ਬਿਨਾਂ ਕੀ ਕਵੇਗਾ ਭਾਈ। ਭਾਵ ਪ੍ਰਪੰਚ ਨਾਲ ਜੁੜ ਕੇ ਵਾਹਿਗੁਰੂ ਨੂੰ ਨਹੀਂ ਪ੍ਰਾਪਤ ਕਰ ਸਕਦੇ। ਹਾਂ ਜੇ ਆਪ ਵਾਹਿਗੁਰੂ ਕਿਰਪਾ ਕਰੇ ਪ੍ਰਪੰਚ ਵਿੱਚੋਂ ਹੀ
ਆਪਣਾ ਸਰੂਪ ਵਿਖਾ ਦਾ ਵੀ ਫਿਰ ਤਾਂ ਭਲਾ ਹੈ ਅਤੇ ਉਹਦੀ ਕਿਰਪਾ ਨਾਲ ਹੀ ਹੁੰਦਾ ਹੈ। ਦੋਹਰਾ ਏਕ ਬ੍ਰਹਮ ਅਦਵੈਤ ਹੈ ਤਾਂ ਕਿ ਉਪਮਾ ਕੌਣ। ਇੱਕ ਬ੍ਰਹਮ ਅਦਵੈਤ ਜੋ ਦਵੈਤ ਦਾ ਵਿਸ਼ਾ ਨਹੀਂ ਜਿਸ ਵਿੱਚ ਦਵੈਤ ਨਹੀਂ ਝੂਠ ਨਹੀਂ ਸੱਚ ਹੈ ਤਾਂ ਕਿ ਉਪਮਾ ਕੌਣ। ਉਹਦੀ ਉਪਮਾ ਭਾਈ ਕੀ ਹੈ, ਕੀ ਬਿਆਨ ਕਰੀਏ, ਕੀ ਦੱਸੀਏ। ਬਿਨ ਉਪਮਾ ਸਮਝੈ ਨਹੀਂ ਆਗਿਆ ਕਹਾਵੈ ਜੌਣ। ਅੱਗੇ ਅਗਿਆਨੀ, ਪਰੰਤੂ ਜਿਹੜਾ ਬੰਦਾ ਕਹਿ ਲਓ ਬਿਨਾਂ ਉਪਮਾ ਤੋਂ ਅਗਿਆਨੀ ਸਮਝਦਾ ਹੀ ਨਹੀਂ। ਅਗਿਆਨੀ ਉਪਮਾ ਦੇਣੀ ਕਿ ਰੱਬ ਸੂਰਜ ਵਰਗਾ ਹੈ, ਉਹਦਾ ਪ੍ਰਕਾਸ਼ ਸੂਰਜ ਵਰਗਾ ਹੈ, ਉਹ ਚੰਦਰਮਾ ਵਰਗਾ ਠੰਡਾ ਹੈ, ਚੰਦ ਠੰਡਾ ਹੁੰਦਾ, ਇੰਨਾ ਠੰਡਾ ਮਿਸਾਲ ਤਾਂ ਦਿੰਦੇ ਨਾ। ਅਖੀਰ 'ਤੇ ਕਹਿੰਦੇ ਵੀ ਉਹ ਉਸ ਵੈਸਾ ਵਿਸ਼ਵ ਨਹੀਂ। ਅਗਿਆਨੀ ਨੂੰ ਸਮਝਾਉਣ ਲਈ ਉਪਮਾ ਦੇਣੀ ਪੈਂਦੀ ਕਿਸੇ ਚੀਜ਼ ਦੀ ਪਰਮਾਤਮਾ ਦੇ ਲਈ, ਪਰ ਬਿਨ ਉਪਮਾ ਸਮਝਿਆ ਨਹੀਂ, ਬਿਨਾਂ ਉਪਮਾ ਤੋਂ ਅਗਿਆਨੀ ਨਹੀਂ ਸਮਝਦਾ। ਇਸ ਕਰਕੇ ਵਾਹਿਗੁਰੂ ਕਹਿ ਲਓ ਕਿਸੇ ਚੀਜ਼ ਦਾ ਉਪਮਾ ਨਹੀਂ, ਪਰ ਅਗਿਆਨੀ ਨੂੰ ਸਮਝਾਉਣ ਲਈ ਉਪਮਾ ਦੇਣੀ ਪੈਂਦੀ ਹੈ। ਜੋ ਲੱਖਣ ਆਕਾਸ਼ ਕੋ ਵਹੀ ਬ੍ਰਹਮ ਕੋ ਦੇਖ। ਜੋ ਲਕਸ਼ਣ, ਲੱਖਣ ਕਹਿੰਦੇ ਲਕਸ਼ ਭਾਵ ਚਿੰਨ, ਜੋ ਰੱਬ ਦੇ ਆਕਾਸ਼ ਦੇ ਚਿੰਨ ਹਨ ਉਹੀ ਪਰਮਾਤਮਾ। ਆਕਾਸ਼ ਅਸੰਗ ਹੈ, ਪਰਮਾਤਮਾ ਵੀ ਸੰਗ ਹੈ। ਆਕਾਸ਼ ਵਿਆਪਕ ਹੈ, ਪਰਮਾਤਮਾ ਵਿਆਪਕ ਹੈ। ਉਹ ਵਹੀ ਬ੍ਰਹਮ ਕੋ ਦੇਖ, ਉਹੀ ਲਕਸ਼ਣ ਤੁਸੀਂ ਬ੍ਰਹਮ ਦੇ ਦੇਖੋ। ਜਹ ਜੜ ਯਹ ਚੇਤਨ ਹੈ ਯਹ ਭੇਦ ਜੀ ਅਪੇਖ। ਭਾਈ ਯਹ ਜੜ ਆਕਾਸ਼ ਜੜ ਅਤੇ ਯਹ ਚੇਤਨ ਪਰਮਾਤਮਾ ਚੇਤਨ ਹੈ। ਯਹ ਭੇਦ ਇਹ ਭੇਦ ਮਨ ਵਿੱਚ ਵੇਖ ਕਹਿੰਦੇ ਦੇਖ ਕਿ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਬ੍ਰਹਮ ਉਹ ਚੇਤਨ ਹੈ ਅਤੇ ਸਰੀਰ ਆਕਾਸ਼ ਆਦਿਕ ਇਹ ਜੜ ਹਨ। ਇਸ ਤਰ੍ਹਾਂ ਇਹ ਭੇਦ ਕਿਵੇਂ ਪ੍ਰਾਪਤ ਕਰੇਗਾ ਅੱਗੇ ਦੱਸਣਗੇ, ਸਾਰਾ ਭੇਦ ਖੋਲ੍ਹਣਗੇ ਕਿਵੇਂ ਕਿਵੇਂ ਆਸਤਾ ਆਸਤਾ ਸਾਰਾ ਤੱਤ ਖੋਲ੍ਹ ਕੇ ਫਿਰ ਦੱਸਣਗੇ ਕਿ ਬ੍ਰਹਮ ਅਤੇ ਆਕਾਸ਼ ਕਿਵੇਂ ਇੱਕ ਹੈ ਅਤੇ ਕਿਵੇਂ ਵੱਖਰੇ ਵੀ ਹਨ। ਉਹ ਅਸੰਗ ਵੀ ਹੈ ਅਤੇ ਸੰਗ ਤੋਂ ਸੰਗ ਦੇ ਨਾਲ ਵੀ ਹੈ। ਇਹ ਆਸਤਾ ਆਸਤਾ ਬਿਆਨ ਕਰਨਗੇ ਆਪ ਜੀ ਅਗਲੇ ਸਮੇਂ ਵਿੱਚ ਇਹਨੂੰ ਸਰਵਣ ਕਰਨਾ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਭੁੱਲ ਚੁੱਕ ਦੀ ਖਿਮਾ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।